ਅਮਰਜੋਤ ਪ੍ਰੈਗਨੈਂਟ ਸੀ ਉਸ ਟਾਈਮ, ਉਹਨੇ ਬੈਠਣ ਨਹੀਂ ਦਿੱਤੀ ਕਦੇ ਗਾਣੇ 'ਚ, ਬੈਠੀ ਸੀ ਉਹ ਨਹੀਂ ਖੜੇ ਖੜੀ, ਬਸ ਉਹਨੂੰ ਜਦੋਂ ਐਂ ਬੈਠਣ 'ਚ ਜਾਇਆ ਕਰੇ ਫਿਰ ਫਿਰ ਕੁੰਬੀ ਦੇ ਚੱਕਦਿਆ ਕਰੇ ਦੀ ਚੜ੍ਹਾਈ, ਉਹਨੂੰ ਲੋਕ ਪਸੰਦ ਕਰਦੇ ਨੇ ਜੀ। ਹੁਣ ਮੂਸੇਵਾਲਾ ਦੀ ਆ, ਜੇ ਹੁਣ ਮੂਸੇਵਾਲਾ ਦਾ ਵੀ ਮੇਰਾ ਵਿਆਹ ਹੁੰਦਾ, ਮੈਂ ਮੂਸੇਵਾਲੇ ਨੂੰ ਰੋਣਾ ਸੀ, ਨਾਲੇ ਚਮਕੀਲਾ ਚਮਕੀਲਾ ਲਵਾਉਣਾ ਵੀ ਕਿਸੇ ਕਿਸੇ ਬੱਸ ਦੀ ਗੱਲ ਨਹੀਂ ਸੀ ਉਸ ਟਾਈਮ 'ਚ, ਨਾਲੇ ਉਸ ਸਮੇਂ 'ਚ ਮੈਂ ਐਸਾ ਆਉਂਦੀ ਸੀ 4000 ਦੀ, ਜਿਹੜੀ 1900 ਕਦੋਂ ਦੀ ਗੱਲ ਤੁਸੀਂ ਦੱਸ ਰਹੇ ਹੋ? 88 ਦੀ, 1988 ਗੱਲ। ਉਦੋਂ ਮੇਰੇ ਹਿਸਾਬ ਦੇ ਨਾਲ ਕਿੱਲੇ ਦੀ ਜ਼ਮੀਨ, ਕਿੱਲੇ ਦਾ ਰੇਟ ਇਹ ਹੁੰਦਾ ਸੀ 70-80 ਦਾ ਕਿੱਲਾ ਹੁੰਦਾ ਸੀ ਉਸ ਸਮੇਂ, ਤੁਸੀਂ 4 ਜਾਂ 14 ਕਿੱਲਾ ਲਵਾਇਆ, ਮਤਲਬ ਚਮਕੀਲਾ ਲਵਾਇਆ, ਚਮਕੀਲਾ ਲਵਾਇਆ, ਕੀ ਬਾਤ ਹੈ। ਔਰ ਉਹਨੇ ਅਮਰਜੋਤ ਪ੍ਰੈਗਨੈਂਟ ਸੀਗੀ ਉਸ ਟਾਈਮ, ਉਹਨੇ ਬੈਠਣ ਨਹੀਂ ਦਿੱਤੀ ਕਦੇ ਗਾਣੇ 'ਚ, ਬੈਠੀ ਸੀ ਉਹ ਨਹੀਂ ਖੜੇ ਖੜੀ, ਬਸ ਉਹਨੂੰ ਜਦੋਂ ਐਂ ਬੈਠਣ 'ਚ ਜਾਇਆ ਕਰੇ ਫਿਰ ਫਿਰ ਤੂੰਬੀ ਦੇ ਚੱਕਦਿਆ ਕਰੇ। ਔਰ ਇੰਨਾ ਦੇਖ ਲਿਆ ਗਾਣੇ 'ਚ ਚਾਹ ਪੀਂਦੇ, ਮੈਂ ਵੇਖਿਆ ਪਿੱਛੇ ਇੱਕ ਹੋ ਰਹੀ ਸੀ, ਕਹਿੰਦੇ ਬਸ ਨਾਲੇ ਚਾਹ ਪੀਤੀ ਨਾਲੇ ਗਾਣਾ ਬੋਲੀ ਜਾਣਾ, ਕਹਿੰਦੇ ਇਹ ਨਹੀਂ ਕਿਸੇ, ਕਹਿੰਦੇ ਹੁਣ ਬੈਠਣ ਤਾਂ ਉਹਨੇ ਦਿੱਤੀ ਨਹੀਂ ਸੀ। ਨਾਲੇ ਇੱਕ ਹੋਰ ਸੁਣੋ, ਉਸ ਟਾਈਮ 'ਚ ਸਾਜਾਂ ਨਾਲ ਉੱਪਰ ਸੀ ਉਹ, ਅੱਜ ਕੱਲ੍ਹ ਤਾਂ ਸਾਜ਼ ਨੇ ਉੱਪਰ, ਇਹ ਸਾਜ਼ਾਂ ਦੇ ਸਿਰ 'ਤੇ ਗਾਉਂਦੇ ਨੇ, ਕੰਪਿਊਟਰ ਦੇ ਸਿਰ 'ਤੇ ਆਵਾਜ਼ਾਂ ਜਿਹਾ ਕਰ ਲੈਂਦੇ ਨੇ, ਪਰ ਉਸ ਉਹ ਬੰਦਾ ਨਾ ਮੈਕ ਨੂੰ ਇੰਨੀ ਦੂਰ ਹੁੰਦਾ ਸੀ, ਮੈਕ ਨੂੰ ਪਾੜਨ ਵਾਲਾ ਕਰ ਦਿੰਦਾ ਸੀ, ਅਸਲ ਗਾਇਕੀ ਉਹ ਸੀ ਮੈਂ ਕਹਿੰਦਾ। ਅੱਜ ਕੱਲ੍ਹ ਦੇ ਤਾਂ ਇੰਨਾ ਇੰਨਾ ਸ਼ੋਰ ਹੁੰਦਾ, ਸਿਰ ਦੁੱਖਣ ਲੱਗ ਜਾਂਦਾ, ਜੇ ਪੈਲਸ 'ਚ ਲਾ ਦਈਏ ਨਾ ਨਵੇਂ ਗਾਇਕਾਂ ਨੂੰ ਤਾਂ ਹੋਰ ਵੀ ਸਿਰ ਦੁੱਖਣ ਲੱਗਦਾ, ਪਰ ਉਹ ਉਹਦੇ 'ਚ ਰਸ ਹੁੰਦਾ ਸੀਗਾ, ਬੰਦਾ ਉੱਠ ਕੇ ਨਹੀਂ ਕੋਈ ਜਾ ਸਕਦਾ ਸੀਗਾ, ਉਦੋਂ ਤਾਂ ਢੋਲਕੇ ਜਗ੍ਹਾ ਤੇ ਢੋਲਕੀ ਵਾਜਾ ਹੁੰਦਾ ਸੀਗਾ, ਘੜੇ ਹੁੰਦੇ ਸੀ ਘੜਿਆਂ ਤੇ ਉਹ ਮੁੰਦਰੀਆਂ ਪਾ ਕੇ ਉਹ ਵਾਜਾਂ ਕੱਢਦੇ ਸੀ ਜ਼ਬਰਦਸਤ। ਐਂ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ 5ਵੀਂ 6ਵੀਂ ਕਲਾਸ ਸੀਗਾ, 5ਵੀਂ 6ਵੀਂ ਕਲਾਸ 'ਚ ਉਦੋਂ ਮੈਂ ਚਮਕੀਲਾ ਦੇਖਿਆ ਸੀ, ਸ਼ਿੰਦੇ ਨਾਲ ਆਇਆ ਸੀ, ਸਾਡੇ ਪਿੰਡ ਆਇਆ ਸੀ, ਉਹਨੇ ਉੱਥੇ ਉਹਦਾ ਸ਼ਿੰਦੇ ਦਾ ਅਖਾੜਾ ਸੀਗਾ ਸਾਡੇ ਪਿੰਡ, ਵਿਆਹ 'ਚ ਬਰਾਤ 'ਚ ਆਇਆ ਸੀ ਉਹਦੇ, ਉਹਨੇ 1-2 ਗਾਣੇ ਗਾਏ ਸੀ। ਅਮਰਜੋਤ ਪ੍ਰੈਗਨੈਂਟ ਸੀ ਉਸ ਟਾਈਮ, ਉਹਨੇ ਬੈਠਣ ਨਹੀਂ ਦਿੱਤੀ ਕਦੇ ਗਾਣੇ 'ਚ, ਬੈਠੀ ਸੀ ਉਹ ਨਹੀਂ ਖੜੇ ਖੜੀ, ਬਸ ਉਹਨੂੰ ਜਦੋਂ ਐਂ ਬੈਠਣ 'ਚ ਜਾਇਆ ਕਰੇ ਫਿਰ ਫਿਰ ਕੁੰਬੀ ਦੇ ਚੱਕਦਿਆ ਕਰੇ ਦੀ ਚੜ੍ਹਾਈ, ਉਹਨੂੰ ਲੋਕ ਪਸੰਦ ਕਰਦੇ ਨੇ। ਹੁਣ ਮੂਸੇਵਾਲਾ ਦੀ ਆ, ਜੇ ਹੁਣ ਮੂਸੇਵਾਲਾ ਦਾ ਵੀ ਮੇਰਾ ਵਿਆਹ ਹੁੰਦਾ, ਮੈਂ ਮੂਸੇਵਾਲੇ ਨੂੰ ਰੋਣਾ ਸੀ, ਨਾਲੇ ਚਮਕੀਲਾ ਚਮਕੀਲਾ ਲਵਾਉਣਾ ਵੀ ਕਿਸੇ ਕਿਸੇ ਬੱਸ ਦੀ ਗੱਲ ਨਹੀਂ ਸੀ ਉਸ ਟਾਈਮ 'ਚ, ਨਾਲੇ ਉਸ ਸਮੇਂ 'ਚ ਮੈਂ ਐਸਾ ਆਉਂਦੀ ਸੀ 4000 ਦੀ, ਜਿਹੜੀ 1900 ਕਦੋਂ ਦੀ ਗੱਲ ਤੁਸੀਂ ਦੱਸ ਰਹੇ ਹੋ? 88 ਦੀ, 1988 ਗੱਲ। ਉਦੋਂ ਮੇਰੇ ਹਿਸਾਬ ਦੇ ਨਾਲ ਕਿੱਲੇ ਦੀ ਜ਼ਮੀਨ, ਕਿੱਲੇ ਦਾ ਰੇਟ ਇਹ ਹੁੰਦਾ ਸੀ 70-80 ਦਾ ਕਿੱਲਾ ਹੁੰਦਾ ਸੀ ਉਸ ਸਮੇਂ, ਤੁਸੀਂ 4 ਜਾਂ 14 ਕਿੱਲਾ ਲਵਾਇਆ, ਮਤਲਬ ਚਮਕੀਲਾ ਲਵਾਇਆ, ਚਮਕੀਲਾ ਲਵਾਇਆ, ਕੀ ਬਾਤ ਹੈ। ਔਰ ਉਹਨੇ ਅਮਰਜੋਤ ਪ੍ਰੈਗਨੈਂਟ ਸੀਗੀ ਉਸ ਟਾਈਮ, ਉਹਨੇ ਬੈਠਣ ਨਹੀਂ ਦਿੱਤੀ ਕਦੇ ਗਾਣੇ 'ਚ, ਬੈਠੀ ਸੀ ਉਹ ਨਹੀਂ ਖੜੇ ਖੜੀ, ਬਸ ਉਹਨੂੰ ਜਦੋਂ ਐਂ ਬੈਠਣ 'ਚ ਜਾਇਆ ਕਰੇ ਫਿਰ ਫਿਰ ਤੂੰਬੀ ਦੇ ਚੱਕਦਿਆ ਕਰੇ। ਔਰ ਇੰਨਾ ਦੇਖ ਲਿਆ ਗਾਣੇ 'ਚ ਚਾਹ ਪੀਂਦੇ, ਮੈਂ ਵੇਖਿਆ ਪਿੱਛੇ ਇੱਕ ਹੋ ਰਹੀ ਸੀ, ਕਹਿੰਦੇ ਬਸ ਨਾਲੇ ਚਾਹ ਪੀਤੀ ਨਾਲੇ ਗਾਣਾ ਬੋਲੀ ਜਾਣਾ, ਕਹਿੰਦੇ ਇਹ ਨਹੀਂ ਕਿਸੇ, ਕਹਿੰਦੇ ਹੁਣ ਬੈਠਣ ਤਾਂ ਉਹਨੇ ਦਿੱਤੀ ਨਹੀਂ ਸੀ। ਨਾਲੇ ਇੱਕ ਹੋਰ ਸੁਣੋ, ਉਸ ਟਾਈਮ 'ਚ ਸਾਜ਼ਾਂ ਨਾਲ ਉੱਪਰ ਸੀ ਉਹ, ਅੱਜ ਕੱਲ੍ਹ ਤਾਂ ਸਾਜ਼ ਨੇ ਉੱਪਰ, ਇਹ ਸਾਜ਼ਾਂ ਦੇ ਸਿਰ 'ਤੇ ਗਾਉਂਦੇ ਨੇ, ਕੰਪਿਊਟਰ ਦੇ ਸਿਰ 'ਤੇ ਆਵਾਜ਼ਾਂ ਜਿਹਾ ਕਰ ਲੈਂਦੇ ਨੇ, ਪਰ ਉਸ ਉਹ ਬੰਦਾ ਨਾ ਮੈਕ ਨੂੰ ਇੰਨੀ ਦੂਰ ਹੁੰਦਾ ਸੀ, ਮੈਕ ਨੂੰ ਪਾੜਨ ਵਾਲਾ ਕਰ ਦਿੰਦਾ ਸੀ, ਅਸਲ ਗਾਇਕੀ ਉਹ ਸੀ ਮੈਂ ਕਹਿੰਦਾ। ਅੱਜ ਕੱਲ੍ਹ ਦੇ ਤਾਂ ਇੰਨਾ ਇੰਨਾ ਸ਼ੋਰ ਹੁੰਦਾ, ਸਿਰ ਦੁੱਖਣ ਲੱਗ ਜਾਂਦਾ, ਜੇ ਪੈਲਸ 'ਚ ਲਾ ਦਈਏ ਨਾ ਨਵੇਂ ਗਾਇਕਾਂ ਨੂੰ ਤਾਂ ਹੋਰ ਵੀ ਸਿਰ ਦੁੱਖਣ ਲੱਗਦਾ, ਪਰ ਉਹ ਉਹਦੇ 'ਚ ਰਸ ਹੁੰਦਾ ਸੀਗਾ, ਬੰਦਾ ਉੱਠ ਕੇ ਨਹੀਂ ਕੋਈ ਜਾ ਸਕਦਾ ਸੀਗਾ, ਉਦੋਂ ਤਾਂ ਢੋਲਕੇ ਜਗ੍ਹਾ ਤੇ ਢੋਲਕੀ ਵਾਜਾ ਹੁੰਦਾ ਸੀਗਾ, ਘੜੇ ਹੁੰਦੇ ਸੀ ਘੜਿਆਂ ਤੇ ਉਹ ਮੁੰਦਰੀਆਂ ਪਾ ਕੇ ਉਹ ਵਾਜਾਂ ਕੱਢਦੇ ਸੀ ਜ਼ਬਰਦਸਤ। ਐਂ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ 5ਵੀਂ 6ਵੀਂ ਕਲਾਸ ਸੀਗਾ, 5ਵੀਂ 6ਵੀਂ ਕਲਾਸ 'ਚ ਉਦੋਂ ਮੈਂ ਚਮਕੀਲਾ ਦੇਖਿਆ ਸੀ, ਸ਼ਿੰਦੇ ਨਾਲ ਆਇਆ ਸੀ ਸਾਡੇ ਪਿੰਡ ਆਇਆ ਸੀ, ਉਹਨੇ ਉੱਥੇ ਉਹਦਾ ਸ਼ਿੰਦੇ ਦਾ ਅਖਾੜਾ ਸੀਗਾ ਸਾਡੇ ਪਿੰਡ, ਵਿਆਹ 'ਚ ਬਰਾਤ 'ਚ ਆਇਆ ਸੀ ਉਹਦੇ, ਉਹਨੇ 1-2 ਗਾਣੇ ਗਾਏ ਸੀ।